ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਦੁਬਾਰਾ ਪਹੁੰਚੇ ਆ ਪਿੰਡ ਲੋਹਾ ਖੇੜਾ ਤਹਿਸੀਲ ਲੌਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਸਾਮਰਾ ਡੈਰੀ ਫਾਰਮ ਤੇ ਪਹੁੰਚੇ ਹੋਏ ਆ। ਜਾਨਵਰ ਕਾਫੀ ਗਿਣਤੀ 'ਚ ਨੇ ਤੇ ਵੀਡੀਓ 'ਚ ਦਿਖਾਵਾਂਗੇ ਔਨ ਕੈਮਰਾ 7 ਪਸ਼ੂ, 4 ਤਾਂ ਪਹਿਲਾਂ ਨੂੰ ਦਿਖਾਵਾਂਗੇ ਐਨ ਟੌਪ ਕੁਆਲਿਟੀ ਦਾ, ਜਿਵੇਂ ਆਹ ਵੱਛੀ ਖੜੀ ਆ ਰੇਲ ਦੇ ਡੱਬੇ ਜਿਹੜੀਆਂ ਦਿਖਾਵਾਂਗੇ, ਤੇ ਇੱਕ ਜਿਵੇਂ ਆਹ ਸਾਈ ਆਲ ਦਾ ਘਰੀ ਤੋਹਫਾ ਖੜਾ ਇੱਧਰ, ਤੇ ਇੱਕ ਜਿਵੇਂ ਆਹ ਜਰਸੀ ਖੜੀ ਆ, ਬ੍ਰਾਂਡ ਸਾਰੇ ਦਿਖਾ ਦਾਂਗੇ ਤੇ ਜਿਹੜੇ ਰੇਟ ਹੋਣਗੇ ਰੇਟ ਪ੍ਰਦੀਪ ਕਹਿੰਦਾ ਜੈ ਮੰਨ ਲਓ ਵੀ ਹੈਰਾਨ ਹੀ ਕਰਨੇ ਨੇ ਲੋਕ ਵੀ ਰੇਟ ਐਸੇ ਕਰਨੇ ਨੇ, ਬਿਲਕੁਲ ਭਾਲੇ ਰੇਟ ਕਰਨੇ ਨੇ, ਜਾਨਵਰ ਦੇਣੇ ਨੇ ਫਾਰਮ 'ਚ ਰੱਖਣ ਵਾਲੇ ਟੌਪ ਟੌਪ ਦੇ ਦੇ। ਬਈ ਟੌਪ ਦੇ, ਹੋਰ ਕਿਵੇਂ ਪ੍ਰਦੀਪ? ਬਹੁਤ ਵਧੀਆ ਵੀਰੇ, ਚੜ੍ਹਦੀ ਕਲਾ ਚੜ੍ਹਦੀ ਕਲਾ। ਆ ਪਹਿਲਾਂ ਨੇ ਦੋਈ ਆਪਣੇ ਕੋਲ ਬਈ 4 ਵੱਛੀਆਂ ਨੇ ਪਲੂਣਾ, ਪਹਿਲੇ ਸੂਏ ਹਾਂ ਆ ਵੀ ਪਹਿਲਾਂ ਨੇ ਪਲੂਣਾ ਬਈ ਪਲੂਣਾ ਕੱਦ ਬੜਾ ਵੱਡਾ, ਹਾਂ ਇਹ ਵੱਛੀਆਂ ਦੇ ਮੰਨ ਕੇ ਵੀ ਹਲੇ ਦਿਨ ਤਾਂ ਪਏ ਨੇ 16 17 17, ਠੀਕ ਆ ਗੱਲ ਜਿਵੇਂ ਹੁਣ ਕੋਈ ਫਾਰਮ ਬਾਈ ਸ਼ੁਰੂਆਤ ਕਰਦਾ ਉਦਾਂ ਹੈਗਾ ਦੀ ਫਿਰ ਮਾਫੀ ਵੀ ਕਰ ਦਾਂਗੇ ਅੱਜ। ਮਾਫੀ ਬਾਈ ਰੇਟ ਇਹੋ ਜਿਹੇ ਰੇਟ ਨੇ ਵੀ ਜਿੱਥੇ ਮਰਜ਼ੀ ਜਾ ਕੇ ਤਸੱਲੀ ਕਰ ਲਏ ਜਾਨਵਰਾਂ ਦੀ ਬੰਦਾ, ਠੀਕ ਆ ਗੱਲ ਵੀ ਜਮੀ ਬਾਜਬ ਰੇਟ ਕਰਾਂਗੇ ਤੋਰ ਚੋਬਰਾ ਖੋਲ ਦੇ ਜਿੰਨੇ ਜਿੰਨੇ ਵੀ, ਪਰ ਹੋਣਗੇ ਰੇਟ ਉਹ ਵੀਰ ਬਣ ਕੇ ਘਟਾਉਣ ਫਿਕਸ ਵਧਾਉਣ ਵਾਲਾ ਬੰਦਾ ਨਾ ਕਰੇ ਗੱਲ। ਆ ਰੇਟ ਹੋਣਗੇ ਫਿਕਸ ਜੇ, ਕੱਦ ਆ ਗਿਆ ਫੁੱਲ ਵੱਡਾ, ਕੱਦ ਕੁੱਦ ਨਹੀਂ ਛੋਟਾ ਕਿਤੋਂ ਵੀ, ਯਾਤ ਨਸਲ ਜਿੱਥੇ ਮਰਜ਼ੀ ਬਾਈ ਤੇਲ ਦਾ ਵੀ ਖਰਚਾ ਦੇ ਦੇਂ, ਜੋ ਕੋਈ ਆ ਕੇ ਐਂ ਕਹਦੇ ਵੀ ਮੀਡੀਅਮ ਸਾਈਜ਼ ਆ, ਕਈ ਵਾਰ ਵੀਰ ਅਗਲਾ ਕਹਿ ਦਿੰਦਾ ਵੀ ਯਾਰ ਰੇਟ ਆ ਇੰਨਾ ਕੀ ਕਰਿਆ, ਉਹ ਚੀਜ਼ ਨਾ ਵੀਰ ਬਣ ਕੇ ਸੋਚ ਕੇ ਕੋਈ ਵੀ ਉਹ ਕਰੇ। ਠੀਕ ਆ ਗੱਲ, ਹੁਣ ਇਹ ਸਾਨੂੰ ਕੱਚੀਆਂ ਵਾਲਾ ਰੇਟ ਆ, ਕੱਚੀਆਂ ਵਾਲੇ ਰੇਟ ਕਰਾਂਗੇ। ਇਹ ਬੱਚੀ ਬਾਈ ਆਪਾਂ 70,000 ਰੁਪਏ ਦੀ ਦੇ ਦਾਂਗੇ, 77,000 ਦੀ ਬਾਈ ਪਰ ਮੈਂ ਇਹ ਚੀਜ਼ ਬੱਚੀ ਆ ਨੂੰ ਦੇ ਦਿਆਂਗੇ, ਹੈਗੀ ਆ ਨੌਕਰੀ ਘੋੜੀਏ। ਐ ਸਾਈਡ ਸੂਟ ਤੋਂ ਦੇਖ, ਹਾਈਟ ਸਾਈਜ਼ ਬਰੀਡ, ਬਾਕੀ ਫਾਰਮ ਦੀਆਂ ਪਲੀਆਂ ਹੋਈਆਂ ਨੇ ਬਾਈ, ਠੀਕ ਆ ਗੱਲ। ਕੁਆਲਿਟੀ ਦੇਖ ਇੱਥੋਂ ਕਿੰਨੀ ਆ, ਇੱਥੋਂ ਦਿਖਾ ਦੇ ਗਰੀ ਲੰਬਾਈ ਤੇ ਫੇਸ ਵਾਲੇ ਪੱਖ ਤੇ ਮਾਰ ਦੇ ਤੇ ਸਵਾ ਆ ਗਿਆ ਜੰਮੀ ਠੰਡਾ ਬਰੀਡ ਬਾਈ। ਅਗਲਾ ਕਹਿ ਤਾਂ ਇੱਥੇ ਦਿੰਦਾ, ਰੋਕ ਲਾ ਮਾਰ, ਹਰੇਕ ਬੰਦਾ ਹੀ ਕਹਿ ਦਿੰਦਾ ਚਲੋ ਵੀ ਬਰੀਡ, ਪਰ ਬਾਈ ਬਰੀਡ ਦੇ ਜਿਹੜੇ ਘਰ ਨੇ ਬਹੁਤ ਦੂਰ ਨੇ ਤੇ ਕੱਦ ਵੀ ਫੁੱਲਾ ਤੇ ਆਰਡਰ ਹਜੇ ਕੰਚ ਵਰਗੀ ਆ ਬਾਈ, ਲੈ 25 ਕਿਲੋ ਦੁੱਧ ਮੰਨ ਕੇ ਲੈ ਲੇ, ਕਿਉਂਕਿ ਜੇ ਆਪਾਂ ਜਿੱਥੋਂ ਲਈ ਉਹਦਾ ਵੀਰੇ ਕਹਿੰਦੇ ਕਹਿੰਦਾ ਮੇਰੀਆਂ ਬੱਚੀਆਂ ਕਦੇ ਪਲੂਣਾ ਚੱਲਦੀਆਂ 30 ਦੀ, ਪਰ ਵੀ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ 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 ਚੱਲ ਚੋ ਬਰਾਂਦਰ ਨੂੰ ਲੈਗ ਸਕੋਰ ਵਾਲੇ ਪੱਖ ਤੋਂ ਵੀ ਬਾਲੀ ਲੈ ਬਾਈ, ਬਹੁਤ ਮਜ਼ਬੂਤ ਚੌੜਾ ਲਾਓ ਬਾਈ, ਤੇ ਪੈਰ ਤਾਂ ਸਮਝ ਲਓ ਜਿਵੇਂ ਨੌਕਰੀਆਂ ਬਸ਼ੇਰੀਆਂ ਦੇ ਹੁੰਦੇ ਨੇ ਨਾ, ਉਦਾਂ ਦੇ ਪੈਰ ਨੇ, ਢਾਂਚੇ ਢੁੰਚੇ ਵਾਲਾ ਦਾ ਕੰਮ ਸਹੀ ਹੋਣਾ ਚਾਹੀਦਾ। ਇਦਾਂ ਦੀਆਂ ਬੱਚੀਆਂ ਬਾਈ ਆਪਾਂ ਨੇ ਆਪ ਲਈਆਂ ਗੁਰੀ, ਪਹਿਲਾਂ ਲੱਖ ਤੋਂ ਪਲੱਸ ਪਲੱਸ, ਚਲੋ ਮੇਨ ਆਪਣੀ ਇਹ ਰਹਿੰਦੀ ਆ ਸ਼ੁਰੂ ਤੋਂ ਵੀ ਆਪਣੇ ਕੋਲੇ ਜਾਨਵਰ ਜੇ ਭਾਅ ਚ ਆਇਆ ਪਾਪਾ ਚ ਹੀ ਦੇਣਾ ਹਨਾ, ਤੇ ਬਾਕੀ ਆਰਡਰ ਉਹ ਰੱਖੂ ਜਿਹੜੇ ਵੀ ਤੁਹਾਨੂੰ ਮੈਂ ਅਕਸਰ ਪਰਫੈਕਟ ਬਾਈ, ਡਿਮਾਂਡ ਕਰਦਾ ਉਹਨਾਂ ਜਮਾ ਨਾਲ ਲੱਗਵਾ, ਉੱਚਾ ਆਰਡਰ ਰੱਖੂ, ਲਮਕਵਾ ਨਹੀਂ ਰੱਖਦੀ ਕਿਸੇ ਵੀ ਪੱਖ ਤੇ, ਕੱਦ ਵੀ ਫੁੱਲ ਡਬਲ ਆ ਗਿਆ ਤੇ ਆਰਡਰ ਦੀ ਵੀ ਬਾ ਕਮਾਲ ਹੀ ਬਣੂਗੀ ਇੱਥੋਂ, ਕਿਉਂਕਿ ਇਹਦੇ ਦਿਨ ਕਾਫੀ ਪਏ ਨੇ ਅਜੇ, ਥਣ ਸਿੰਗਲ ਚਾਰ ਹੀ ਆ ਗਏ ਫਾਲਤੂ ਨਹੀਂ। ਆ ਚੀਜ਼ ਦੇਖ ਗੁਰੀ, ਬਰੀਕ ਬਰੂਕ ਕਿੰਨੀ ਆ, ਕੁਆਲਿਟੀ ਦੇਖ ਲੈ, ਲੈਗ ਲੁੱਗ ਕਿੰਨੇ ਵਧੀਆ ਨੇ, ਤੇ ਲੇਵਾ ਜਿੰਨਾ ਲਾਊਗੀ ਐ ਲਾਊ ਫਟ ਫਟ। ਬਾਕੀ ਰੇਟ ਬਾਈ ਫੁੱਲ ਡਬਲ, ਆ ਜਿਹੜੇ ਆ ਰੇਟ ਆਪਾਂ ਕਰ ਰਹੇ ਆ ਬੈੜਾਂ ਦੇ ਸਾਰੀਆਂ ਦੇ, ਜਿੱਥੇ ਮਰਜ਼ੀ ਜਾ ਕੇ ਤਸੱਲੀ ਕਰ ਲੇ ਬੰਦਾ ਵੀ ਇਹ ਰੇਟ ਨੂੰ ਵੀ ਜੇ ਕੋਈ ਹੁਣ ਵੀ ਮਹਿੰਗੀ ਕਹਿ ਦੋ ਨਹੀਂ ਸੰਤੁਸ਼ਟੀ ਹੋ ਸਕਦੀ ਕਿਸੇ ਉਹ ਬੰਦੇ ਦਾ, ਦੁਨੀਆ ਤੇ ਕਿਤੇ ਵੀ ਲਾਜ ਨਹੀਂ ਹੈਗਾ, ਲਾਜ ਨਹੀਂ ਹੈਗਾ। 70,000 ਰੁਪਏ ਦੀ ਬੱਚੀ ਕੋਈ ਵੀ ਦੇ ਦੇ ਆਪਣੀ ਜ਼ਿੰਮੇਵਾਰੀ ਆ, ਦੋਨੇ ਬੱਚੀਆਂ ਕੋਈ ਜੋੜਾ ਵੀ ਲੈਂਦਾ 70,000 ਦੀਆਂ ਬੱਚੀਆਂ ਦੇ ਦੇ। ਤੇ ਹੁਣ ਗੈਰੀ ਇੱਥੇ ਮਾਰਨ ਵਾਲੇ ਦਾ ਕੱਦ ਦਿਖਾ ਦੇ, ਮੇਰੇ ਕੱਦ ਤੋਂ ਇਹਦੇ ਕੱਦ ਦਾ ਆਈਡੀਆ ਕਰ ਲਿਓ, ਫੁੱਲ ਵੱਡੀਆਂ ਨੇ ਫੁੱਲ ਉੱਚੀਆਂ, ਉਹ ਲੋ ਬਾਨਾਂ ਵਾਲੇ ਵੀ ਬਰੋਲੇ ਠਾ ਦੇਣਗੀਆਂ ਵੀ ਕੱਦ ਕੱਦ ਆ ਕੱਲਾ, ਲੈਗ ਸਕੋਰ ਵਾਲੇ ਮਾਮਲੇ ਤੋਂ ਮਜ਼ਬੂਤ ਆ ਤੋਰ ਚੋਬਰਾ ਨਾਲ। ਬਾਕੀ ਹੋਰ ਆ ਗੁਰੀ, ਕੰਪੈਕਟ ਡਰਦੀਆਂ ਨੇ ਬਰੀਡ ਵਾਲੇ ਪੱਖ ਦੇ ਮਾਮਲੇ 'ਚ, ਇਹ ਨਹੀਂ ਹੈਗਾ ਵੀ ਇਹ ਕਿਸੇ ਪਾਸੋਂ ਹੱਥ ਧਰਾਉਂਦੀਆਂ ਨੇ, ਜਦੋਂ ਬਾਹਰ ਨਿਕਲੂ ਨਾ ਉਦੋਂ ਦੀ ਸ਼ਾਇਨ ਨਹੀਂ ਬਾਕੀ ਲੱਗਿਆ, ਕੁਛ ਨਹੀਂ ਹੋਇਆ, ਲੇਵੇ ਲੂਵੇ ਇੰਨੇ ਕ ਬਣਨ ਬਣਾਉਣਗੀਆਂ ਵੀ ਨਾਰਮਲ ਆ, ਚਿੱਬ ਕੱਢ ਦਾਂ, ਚਿੱਬ ਕੱਢ ਦੇਣੀਆਂ ਕਰਮ ਵਾਲੀਆਂ। ਹੁਣ ਇਹ ਬੱਚੀ ਦਾ ਵੀ ਰੇਟ ਬਈ 70,000 ਰੁਪਏ, ਜਿੱਥੇ ਮਰਜ਼ੀ ਜਾ ਕੇ ਤਸੱਲੀ ਕਰੇ, ਪਰ ਬਾਈ ਰੇਟ ਨੇ ਇਹ ਲੈਣ ਤੇ ਦੇਣ ਵਾਲੇ। ਕਈ ਵਾਰ ਵੀਰ ਵਿੱਚ ਕਹਿ ਦਿੰਦੇ ਨੇ ਫੋਨ ਲਾ ਕੇ ਬਾਈ ਯਾਰ ਇੰਨੇ ਤਾਂ ਮੰਗੀ ਸੀ, ਕਹਿੰਦੇ ਚੜੂਈ ਵਾਲੀਆ ਬਾਡੀ ਦੀ ਐ ਚੋ ਛੋਟ ਕਰਨੀ ਆ, ਮਰਜ਼ੀ ਦੀ 100 ਹੋ ਜਾ। ਹਾਂ ਬਾਈ, ਪਰ ਜਿਹੜੀ ਇੱਥੇ ਮਾਰੀ ਦਿਖਾਵਾਂਗੇ ਤੇ ਮਾਰੀ ਕੈਮਰਾ ਦੂਜੇ ਪਾਸੇ ਉਪਤ ਤੂੰ ਇਹ ਇੱਥੇ ਮਾਰ ਦੇ, ਇੱਥੇ ਮਾਰ ਦੇ ਫੇਸ ਤੇ, ਬਰੀਡ ਵਾਲੇ ਤਾਂ ਬਾਈ ਯਾਰ ਕਰਮ ਵਾਲੀਆਂ ਦੇ ਸਕੂਨ ਦਿਖਾ ਦੇ ਕਿੰਨੀ ਐ ਇੱਥੋਂ, ਬਸ ਘੁਮਾ ਦੇ ਘੁਮਾ ਦੇ ਘੁਮਾ ਦੇ ਪ੍ਰਦੀਪ ਵਾਲੇ ਬੰਦੇ ਘੁਮਾ ਦੇ, ਨੇੜੇ ਘੁਮਾ ਦੇ ਦੂਰ ਉਸ ਕੋਲ, ਲੈ ਚੱਲ ਲੈ ਚੱਲ।
ਇਹ ਐ ਨੂੰ ਲੈ ਜਾ ਉਧਰਲੇ ਬੰਦੇ, ਇਧਰ ਲੰਬੀ ਲੈ ਜਾ ਕੇ ਜੰਗਲੇ ਕੋਲੋਂ ਘੁਮਾ ਲਾ ਅੰਦਰ ਉਰਲੇ ਪਾਸੇ, ਇੱਥੋਂ ਦਿਖਾ ਗਏ ਹੀਰੇ ਨੇ ਬਾਈ ਯਾਰ। ਇਹ ਤਾਂ ਜੇ ਕੋਈ ਊਂ ਵੀ ਵੀਰ ਆਪਣਾ ਤਿਆਰ ਕਰਕੇ ਮੰਨ ਕੇ ਅੱਗੇ ਸੇਲ ਵਾਲਾ ਵੀ ਲੈ ਗਿਆ, ਉਹ ਵੀ ਵਧੀਆ ਚਾਰ ਪੈਸੇ ਬਣਾ ਲੂ ਇਹਚੋਂ, ਇਹਨਾਂ ਨੂੰ ਵੇਚਣ ਵਾਲਾ ਵੀ ਚੰਗੀ ਕਮਾਈ ਕਰ ਸਕਦਾ। ਕਿਉਂਕਿ ਬਾਈ ਇਦਾਂ ਦੀ ਬਸੀਆਂ 70-70 ਹਜ਼ਾਰ ਦੀਆਂ ਕੋਈ ਦੇ ਕੇ ਦਿਖਾਵੇ, ਇੱਥੋਂ ਕਹਿ ਰਹੀ ਸਾਰੀ ਦਿਖਾ ਦਿਓ, ਬਾਡੀ ਬੂਡੀ ਕਿੱਡੀ ਡਬਲ ਬੱਛੀ ਆ ਤੇ ਸ਼ਾਈਨਿੰਗ ਸ਼ੂਨਿੰਗ ਵਾਲਾ ਬਾਈ, ਦੰਦਾਂ 'ਚ ਇਹ ਚਾਰ ਚਾਰ ਦੰਦ ਨੇ, ਸਿਰਾ ਕੰਮ ਆ ਦੰਦਾਂ ਚਾਰ ਚਾਰ ਦੰਦ। ਹਾਂ ਵੀ ਕਈ ਵਾਰ ਐਂ ਹੁੰਦਾ ਦੱਸਣ ਦਾ ਫਰਜ਼ ਹੁੰਦਾ, ਵੱਡੀਆਂ ਵਾਲੀਆਂ ਨੇ ਬਾਈ ਕਰਮ ਵਾਲੀਆਂ, ਡਬਲ ਆ ਗਈਆਂ ਫੁੱਲ ਲੈ 13 ਹੋਰ ਹੀਰੇ ਨੇ ਹੀਰੇ, ਤਸੱਲੀ ਕਰਾ ਦੇ ਇਧਰੋਂ ਪਤਾ ਲੱਗ ਜੂ ਕੱਦ ਦਾ ਵੀਰੇ ਕੱਦ। ਅਗਲਾ ਬਾਈ ਯਾਰ ਮੁੱਲ ਲਾਊਗਾ, ਕਿਉਂਕਿ ਨਾਰਮਲ 65-70 ਹਜ਼ਾਰ ਤੋਂ ਘੱਟ ਤਾਂ ਬੈਡ ਨਾਰਮਲ ਵੀ ਨਹੀਂ ਆਉਂਦੀ, 60-65 ਤੋਂ 70 ਤੱਕ ਨਾਰਮਲ ਸੀਨ ਹੋ ਗਿਆ ਤੇ ਇੱਥੋਂ ਬੜੀ ਵਧੀਆ ਦੇਖ ਨੇੜੇ ਦਿਖਾ ਲੇਵਾ ਜਿੰਨਾ ਲਾਊ ਗੁਰੀ ਐ ਲਾਊ ਕੰਪੈਕਟ, ਇੱਥੋਂ ਦੇਖ ਸਟਾਰਟਿੰਗ ਦੇਖ ਕਿੰਨੀ ਹੋਣੀ ਇੱਥੋਂ, ਜਿਵੇਂ ਆਪਣੇ ਆ ਨਹੀਂ ਕਹਿੰਦੇ ਪੀੜੀ ਦੇ ਪਾਵਿਆਂ ਵਾਲਾ ਉਹ ਸਿਸਟਮ ਹੈ, ਬਰੀਡ ਦੇ ਗੁਰੀ ਬੁੱਟੀ ਫੁੱਲ ਆ ਗਈ। ਹਾਂ ਨਾਲੇ ਇਹਨਾਂ ਦੇ ਕੋਈ ਐ ਨਹੀਂ ਹੈਗਾ ਵੀ ਆਪਾਂ ਪਤਾ ਨਹੀਂ ਨਮਾਤ ਮਾ ਕੇ ਕੋਈ ਉਹ ਲਾਤਾ ਹੁਜ, ਮੈਂ ਰੀਅਲ ਉਹ ਮਜ਼ਬੂਤ ਸਟਰਕਚਰ ਵੀ ਆ ਗਈ, ਲੱਤਾਂ ਲੋਤਾਂ ਬੜੀਆਂ ਮਜ਼ਬੂਤ ਨੇ, ਇਹਦਾ ਵੀ 70 70-70 ਹਜ਼ਾਰ ਦੇ ਦੇਣਾ ਤੇ ਹੁਣ ਕਹਿ ਰਹੀ ਆ ਦਿਖਾ ਸਾਈ ਤੋਰ ਪਤਨ ਬਾਰ ਇਹਦੇ ਲੇਵੇ ਤੇ ਮਾਰ ਕੇ ਮਰਾਡਰ ਤੇ, ਬਹੁਤ ਵਧੀਆ ਬੈਠ ਆ ਬਾਈ, ਦਿਖਾਏ ਜੀ ਕਿੰਨੀਆਂ ਜਾਨ ਜੂਨ ਤੇ ਸੁਭਾਅ ਦੀ ਆ ਗਈ ਠੰਡੀ, ਨਹੀਂ ਵਧੀਆ ਬੱਚੀ ਆ ਬਾਈ ਸੁਭਾਅ ਦੀ, ਲੈ ਬਿਲਕੁਲ ਠੰਡੀ ਸੀ ਲੈ ਨਹੀਂ ਤੁਹਾਨੂੰ ਪਤਾ ਬੈਠਣ ਨਹੀਂ ਦਿੰਦੀ ਹੁੰਦੀ ਸਾਈ ਹਾਲ ਛੇਤੀ ਲਾ ਥਾਂ ਥੋਣ ਦਾ ਸਾਈਜ਼ ਬਹੁਤ ਉਹਦੇ ਤੋਂ ਰੱਖਦੀ ਆ ਘਮਾ ਐ ਨੂੰ ਹੌਲੀ ਹੌਲੀ ਕੱਢੀ ਹੌਲੀ, ਚਲ ਪਿਓਰ ਸਾਈਵਾਲ ਦੇ ਵਿੱਚ ਆ ਗਿਆ ਤੋਹਫਾ ਹੀ ਆ ਗਿਆ ਅਸਲ ਆ ਬਾਈ ਯਾਰ, ਜਿਵੇਂ ਹੁਣ ਵੀਰ ਕੋਈ ਘਰੇ ਉਹਨੂੰ ਵੀਰੇ ਦੇਖ ਮਾਲਕਾਂ ਨੇ ਤਾਂ ਆਪਾਂ ਨੂੰ ਦੁੱਧ ਥੋੜਾ ਦੱਸਿਆ ਜ਼ਿਆਦਾ ਹੀ, ਪਰ ਵੀ ਆਪਾਂ ਵੀਰ 20 ਕਿਲੋ ਦੁੱਧ ਮੰਨ ਕੇ ਇਹਨੂੰ ਲੈ ਲੇ ਦੇਣਾ ਚਾਹੀਦਾ ਯਾਰ, ਨਹੀਂ ਆਪਾਂ ਦੇਖ ਬਾਈ ਆਪਾਂ ਇਹ ਨਹੀਂ ਹੈਗਾ, ਮਾਲਕਾਂ ਨੇ ਤਾਂ ਬਾਈ 24-25 ਕਿਲੋ ਦੁੱਧ ਦੱਸਿਆ ਆਪਾਂ ਨੂੰ, ਉਹਨਾਂ ਨੇ ਮੈਨੂੰ ਐਂ ਲੱਗਦਾ ਵੀ ਲੋਟ ਹੀ ਦੱਸਿਆ ਤੈਨੂੰ ਫਿਰ, ਹਾਂ ਨਹੀਂ ਪਰ ਆਪਾਂ ਬਾਕੀ ਹਾਂ ਸੱਜਣ ਕਹਿਣਗੇ ਪਤਾ ਨਹੀਂ ਸਪਲਾਈ ਆ ਤੁਸੀਂ ਆਪਦੀ ਜੱਜਮੈਂਟ ਲਾ ਲਿਓ, ਆਪਾਂ ਨਹੀਂ ਕਹਿੰਦੇ ਵੀਰੇ, ਬਿਲਕੁਲ ਥਣ ਬੜਾ ਵਧੀਆ ਸ਼ਾਇਦ ਮਾਰਦੀ ਆ ਚਾਰੇ ਥਣਾਂ ਚੋਂ, ਬਾਕੀ ਬਈ ਜਿੰਨੀਆਂ ਵੀ ਵੜਾ ਨੇ ਵੱਡੇ ਢਾਂ ਚ ਬਈ ਐਨ ਕੋਈ ਵੀ ਮਾਪ ਤੋਂ ਗੋਲ ਘਮਾ ਦੇ ਨੇੜੋ ਨੇੜੋ ਖਿੱਚਲਾ 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 ਚੋਬਰਾ ਲੈ ਆ ਇਹਨੂੰ ਜੋਰੀ ਵਾਲੇ ਨੇ ਮੁੰਡਾ, ਰੰਬ ਫੜ ਤੂੰ ਯਾਰ, ਨਹੀਂ ਬੈੜੀ ਬਾਲੀ ਚੰਗੀ ਆ ਬਾਈ, ਤੁਰਦੀ ਦਿਖਾ ਗਿਆ ਰਹੀ ਇੱਥੋਂ ਜਿਵੇਂ ਗੱਗੂ ਗਿੱਲ ਤੁਰਦਾ ਹੁੰਦਾ ਉਵੇਂ ਤੁਰਦੀ ਆ ਨਾ, ਉਹ ਚੰਗੀ ਬੱਚੀ ਆ ਗੱਗੂ ਗਿੱਲ ਜਿਵੇਂ ਤੁਰਦੀ ਆ ਝੂਲ ਝੂਲ ਕੇ ਕਹਿੰਦੇ ਹੱਥ, ਉਹ ਨਹੀਂ ਵੀਡੀਓ ਜੀ ਜਿਹਨੀ ਜਦੋਂ ਗਾਂ ਮੂਰੋਂ ਭਾਈਦੀ ਜੀ ਹੁੰਦੀ ਕੰਬਲੇ ਜਾਲੀਆਂ ਉਹਦੇ ਨਾਲ ਕੰਬਲ ਜਿਹਾ ਹਲਾਉਂਦੀ ਹੁੰਦੀ ਆ, ਹਾਂ ਬਹੁਤ ਵਧੀਆ ਬੈੜਾ ਬਾਈ, ਇਹ ਸਿਸਟਮ ਇਹਦਾ ਹੈ ਨਾ ਇੰਡੇ ਆ ਗਿਆ ਜੋਰ, ਰੇਟ ਵੀ ਗੁਰੀ ਬਸ ਤੈਨੂੰ ਪਹਿਲਾਂ ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਿਹਾ ਸੀ ਵੀ ਬਾਜਬ ਰੇਟ ਕਰੇ 78,000 ਰੁਪਏ ਦੀ ਬੈੜ ਦੇ ਦੇਵਾਂਗੇ ਬਾਈ ਆਪਾਂ, ਸਿਰਫ ਸਿਰਫ ਦੁੱਧ ਪਾਊਗੀ ਦੁੱਧ 20 ਕਿਲੋ ਮੰਨ ਕੇ ਲੈ ਲਿਆ ਆਪਾਂ, ਨਹੀਂ ਲੋਕਾਂ ਨੂੰ ਕਹਿੰਦੇ ਬਾਈ ਇਦਾਂ ਲੈ ਚੱਲ ਅੰਦਰ ਲੈ ਚੱਲ ਵੀ, ਪਰ ਆ ਵੀ ਜਿਹੜਾ ਮਾਲਕਾਂ ਨੇ ਦੱਸਿਆ ਬਾਈ, ਚਲੋ ਵੀਡੀਓ ਅਗਲਾ ਵੀ ਦੇਖਦੀ ਆ ਵੀਰ ਜਦੋਂ ਆਪਾਂ ਹੁਣ ਆਪਣੇ ਏਰੀਏ ਦੀਆਂ ਵੜਾ ਨੇ, ਠੀਕ ਆ ਗੱਲ, ਪਰ ਆਪਾਂ ਨੂੰ 24-25 ਕਿਲੋ ਦੀ ਬਹੁਤ ਤਸੱਲੀ ਦਿੱਤੀ ਆ ਉਹਨਾਂ ਨੇ, ਠੀਕ ਆ ਗੱਲ, ਅੱਗਾ ਇਧਰੋਂ ਦੇਖ ਥਣ ਥਣ ਬੜਾ ਮਜ਼ਬੂਤ ਥਣਦੀ ਆ ਵੱਡਾ ਢਾਂਚਾ ਪੂਰਾ, ਤੇ ਜਿਹੜੀਆਂ ਨਾੜਾਂ ਨੇ ਨਾ ਗਾਂ ਵਾਲੇ ਥਣ ਤੇ ਨਾੜਾਂ ਨਾੜਾਂ ਨੂੜਾਂ ਬਾਲੀਆਂ ਜ਼ਬਰਦਸਤ ਰੱਖਦੀ ਆ, ਇੱਥੋਂ ਜੇ ਗੱਲ ਕਰ ਲਈ ਜਿਵੇਂ ਆ ਆ ਆ ਗਈਆਂ ਨਾ ਇਧਰੋਂ ਆ ਚੀਜ਼ਾਂ ਨੇ ਸਾਈ ਵਾਲੇ ਨਹੀਂ ਠੰਡੀ ਨਹੀਂ ਹੁੰਦੀ, ਆ ਆ ਨਾੜਾਂ ਬਾਲੀ ਠੰਡੇ ਬਾਈ ਘਰੇਲੂ ਚਵਾਈ ਚਵਾਈ ਆ ਨਾ, ਇਹ ਕਿਹੜਾ ਕੋਈ ਉਹ ਆ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਜਿਹੜੀ ਗੱਲ ਮਜ਼ਬੂਤ ਦੇਖ ਉੱਤੋਂ ਕਿੰਨੀਆਂ ਸ਼ਾਈਨਿੰਗ ਸ਼ੂਨਿੰਗ ਤੇ ਆ ਸਿਸਟਮ, ਬਾਕੀ ਬਾਈ ਯਾਰ ਰੇਟ ਨਹੀਂ ਮਿਲਨੇ ਜਿਹੜੀਆਂ ਜਿੰਨੀਆਂ ਵੜਾਂ ਦੇ ਆਪਾਂ ਰੇਟ ਕਰਾਂਗੇ, ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਮੰਗਣ ਵਾਲੇ ਨਹੀਂ ਕਰਦੇ, ਜਿੱਥੇ ਮਰਜੀ ਹੁਣ ਟੌਪ ਦੀ ਆ ਐ ਮੰਨ ਲਓ 20 ਕਿਲੋ ਵਾਲੀ ਮੱਝ ਨੂੰ ਟੱਕਰ ਦੇਊਗੀ ਇਹ, ਬਿਲਕੁਲ ਬਾਈ ਫੈਟ ਪਰਸੈਂਟੇਜ ਵੀ ਚੰਗੀ ਹੋਊਗੀ, ਇਹ ਮਿਲੂਗੀ 78 ਦੀ, ਤੇ ਇੱਕ ਗੈਰੀ ਆ ਜਰਸੀ ਦਿਖਾ ਦਿਓ ਇਹ, ਆ ਜਰਸੀ ਤੇ ਵੀ ਮਾਰਦੇ ਕੈਮਰਾ ਫੁੱਲ ਵੱਡੀ ਆ ਗਈ, ਤਿਆਰੀ ਚ ਹੋ ਗਿਆ ਇਹਦਾ ਕੇਸ, ਬੰਬ ਬੁਲਾ ਦੂ ਬੰਬ, ਹੁਣ ਨੇੜ ਤੇੜੀ ਆ ਦਿੱਲੀ ਮੇਰਾ ਖਿਆਲ ਹੈ ਹਫਤਾ ਲਊਗੀ ਹਲੇ ਵੀ, ਬਾਗੀ ਰੋਹਤਕ ਤਾਂ ਇਹ ਦਿੱਲੀ ਪਹੁੰਚਣ ਵਾਲੀ ਆ, ਅਗਲਾ ਸਟੇਸ਼ਨ ਇਹਦਾ ਦਿੱਲੀ ਦਾ ਹੀ ਆ, ਹਾਂ ਹਾਂ ਤੇ ਨਾੜਾ ਨੂੜਾ ਬਹੁਤ ਬਣਾਉ, ਝੋਲਾ ਝੂਲਾ ਇਹਦੇ ਥੱਲੇ ਵੀ ਚੰਗਾ, ਦੁੱਧ ਵਾਲੀ ਵੜਾ ਨੇ ਬਾਈ ਯਾਰ, ਇਹਦਾ ਸੂਆ ਕਿਹੜਾ ਪ੍ਰਤੀਪਾ ਦੂਜਾ ਬਾਈ, ਇਹਦਾ ਸਾਹੀਵਾਲ ਦਾ ਕਿਹੜਾ ਸੂਆ ਸੀ, ਦੂਜੇ ਸੂਗੀ ਸਾਹੀਵਾਲ ਵੀ ਛਿੱਗੀ ਵਾਲੇ 6 ਦੰਦ, ਇਹ ਕਿਵੇਂ ਇਹ ਦੇਖੇ ਦੰਦ, ਇਹ ਵੀ ਛਿੱਗੀ ਆ ਬਾਈ, ਇਹ ਵੀ 6 ਦੰਦ ਆ ਗਈ,
ਚਾਰ ਬੱਚੀਆਂ ਪਲੋਣਾ ਨੇ ਦੂਜੀਆਂ ਦੂਜੇ ਯਰਸੀ ਦਾ ਬੀ ਆ ਗਿਆ ਅਸਲ ਆ ਬਈ ਅਸਲ ਬਿਲਕੁਲ ਇਹਦਾ ਰਿਕਾਰਡ ਕੀ ਦੱਸਿਆ ਮਾਲਕ ਰਿਕਾਰਡ ਤਾਂ ਬਈ ਇਹਦਾ 26 27 ਕਿਲੋ ਦੁੱਧ ਦੱਸਿਆ ਪਰ 24 25 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਜਾ ਆਪਾਂ ਨੂੰ ਦੱਸ ਆ ਗਈ ਇਹ ਸੱਜਣੋ ਐਚ ਐਫ ਜਿੱਡੀ ਛੋਟੀ ਆ ਟੌਪ ਦੀ ਆ ਬਈ ਕੋਈ ਵੀ ਬੈਡ ਛੋਟੀ ਨਹੀਂ ਜਿੰਨੀ ਆਪਾਂ ਦਿਖਾਈਆਂ ਨੇ 1.5 ਬਈ 1 ਲੱਖ ਤੇ 5 ਇਹ ਜੋ ਬਈ 5000 ਦਾ ਮਾਨ ਹੋ ਜੂ ਬਸ ਪੂਰੇ ਲੱਖ ਦੀ ਹਾਂ ਹਾਂ ਬਈ ਜਿਹੜੀ ਗੱਲ ਆ ਗਾਂ ਵਾਲੀ ਇਹ ਪਲੂਣ ਆ ਗਈ ਬਈ ਟੋਰ ਚੁੱਭ ਰਿਹਾ ਕੱਢ ਬਾਹਰ ਇਹ ਬੱਚੀ ਬਾਈ 18 ਤੋਂ 20 ਕਿਲੋ ਦੁੱਧ ਜਿਹੜਾ ਵੀਰ ਮਰਜ਼ੀ ਮੰਨ ਕੇ ਲੈ ਲੈ ਬਾਕੀ ਦੂਜੇ ਨੰਬਰ ਤੇ ਰੇਟ ਇਹਦਾ ਵੀ ਬੇਕਮਾਲ ਹੀ ਕਰਾਂਗੇ 65000 ਰੁਪਏ ਦੀ ਬੱਚੀ ਦੇ ਦਾਂ ਸਿਰਫ ਹਾਂ ਲੈ ਸੱਜਣੋ ਆ 65 ਦੀ ਇਹ ਮਿਲ ਜੂ ਆਰਡਰ ਜਮਾ ਚੌੜੀ ਚੂੜੀ ਉੱਤੋਂ ਸਰੀਰ ਦੇਖ ਕਿੰਨਾ ਵਧੀਆ ਪਿਆਰਾ ਆਰਡਰ ਆ ਗਿਆ ਬਿਲਕੁਲ ਨਾਲ ਲੱਗਵਾ ਤੇ ਉਚਾਈ ਇਹਦੀ ਉੱਤੋਂ ਜੇ ਗੱਲ ਕਰ ਲੈਣਾ ਬਾਡੀ ਬੈਕ ਤੋਂ ਸਟਰਕਚਰ ਉਦਾਂ ਦਾ ਇੱਕ ਗਾਂ ਆਪਾਂ ਨੇ ਨਾ ਉੱਥੇ ਖੜੀ ਦਿਖਾਈ ਦੀ ਚਿਤਲੀ ਬੜੀ ਤਿਆਰ ਹੋਣੀ ਆ ਬਾਈ ਥੱਲੋਂ ਤੇ ਇਹ ਬਾਈ ਥੋੜੀ ਜਿਹੀ ਕਈ ਵਾਰ ਵੀਰ ਉਹ ਕਰਨ ਲੱਗੇ ਨੇ ਬਾਦੀ ਪਈ ਹੋਈ ਆ ਮੁੱਠੀ ਮੁੱਠੀ ਦਾ ਥਾਣਾ ਠੀਕ ਆ ਗੱਲ ਉੱਤੋਂ ਸ਼ਾਈਨਿੰਗ ਚੌੜੀ ਚੂੜੀ ਵਿੱਚੀ ਜਿੰਨੀਆਂ ਵੀ ਗੁਰੀ ਆਪਾਂ ਬੈੜਾਂ ਦਿਖਾਈਆਂ ਨੇ ਇੱਕ ਵੀ ਬੈੜ ਦਾ ਬਾਈ ਨਜਾਇਜ਼ ਰੇਟ ਨਹੀਂ ਕਿਸੇ ਦਾ ਵੀ ਬਸ ਜਿੰਨੇ ਕ ਆਪਾਂ ਜੇਬ ਚ ਪਾਉਣ ਨੇ ਤੇ ਲੈਣ ਵਾਲਾ ਵੀ ਸੌਖਾ ਆਪਾਂ ਵੀ ਸੌਖੇ ਤੇ ਥਣ ਦਾ ਸਾਈਜ਼ ਬੜਾ ਸੋਹਣਾ ਰੱਖਦੀ ਆ ਪਿਛਲਾ ਥਣ ਬਾਦੀ ਕਰ ਗਈ ਥੋੜੀ ਮੇਨ ਗੱਲ ਬਾਈ ਕੀ ਆ ਰੇਟ ਬਾਈ ਯਾਰ ਤਸੱਲੀ ਕਰ ਲੈ ਜਿੰਨਾ ਵੀ ਲੇਵਾ ਗੁਰੀ ਤੂੰ ਕਹਿਣਾ ਹੁਣ ਵੀਡੀਓ ਚ ਕੰਪੈਕਟਡ ਰਾ ਬਿਲਕੁਲ ਨਾਲ ਲੱਗਮਾ ਐ ਬੁਲਾ ਦੂ ਚੱਬ ਘੜ ਦੂ ਥੱਲੋਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਣਾ ਗਾਰੰਟੀ ਵਾਲਾ ਕੰਮ ਹੀ ਦੇ ਦੇਣਾ ਲੈ ਇਹਨੂੰ ਕੋ ਵੇਚਣ ਵਾਲਾ ਸੱਜਣ ਲੈ ਜੇ ਜਿੰਨਾ ਬਾਈ ਨੇ ਮੁੱਲ ਕਰਿਆ 10000 ਨਫਰ 75 ਦੀ ਵਿਕੂਗੀ ਬਾਈ ਜਿਹੜਾ ਮਰਜ਼ੀ ਲੈ ਜੇ ਪਰ ਆਪਾਂ ਤਾਂ ਪਹਿਲਾਂ ਵੀਡੀਓ ਚ ਪਹਿਲਾਂ ਹੀ ਕਹਤਾ ਵੀ ਆਪਾਂ ਘਟਾਉਣ ਵਧਾਉਣ ਵਾਲਾ ਰੇਟ ਨਹੀਂ ਕਰਨਾ ਵੀ ਆਪਾਂ ਉਨੇ ਕ ਪੈਸੇ ਮੰਗਣੇ ਜਿੰਨੇ ਕ ਵੀ ਆਪਾਂ ਲੈਣੇ ਆ ਰੇਟ ਇਹਦਾ ਹੈਗਾ ਫਿਕਸ ਸ਼ਾਈਨਿੰਗ ਤੇ ਹੈਗੀ ਆ ਅਸਲੀ ਤੇਲ ਤੂਲ ਨਹੀਂ ਇਹਦੇ ਕੋਈ ਲੱਗਿਆ ਹੋਇਆ ਬਰੀਕ ਵੀ ਬਹੁਤ ਆ 18 ਤੋਂ 20 ਕਿਲੋ ਦੁੱਧ ਸੌਖਾ ਮੰਨ ਕੇ ਲੈ ਲੈ ਜਿਹੜਾ ਮਰਜ਼ੀ ਕਮਾ ਲਿਆ ਦੁੱਧ ਵੀ ਚੰਗਾ ਪਾਉ ਸੂਆ ਵੀ ਪਹਿਲਾਂ ਦੰਦ ਦਾ ਨਹੀਂ ਕਰੇ ਚੌਗੀ ਵੀਰੇ ਚਾਰ ਦੰਦ ਆ ਦੰਦਾਂ ਚ ਆ ਗਈ ਚਾਰ ਦੰਦ ਜਿਹੜੀ ਚੀਜ਼ ਆ ਉਹ ਆਪਾਂ ਦੱਸ ਕੀ ਦੇਣੀ ਹੈ ਵੇਚਣ ਵਾਲੇ ਸੱਜਣ ਨੂੰ ਵੀ ਰੋਟੀ ਦੇਊਗੀ 4 ਦਿਨ ਸਾਂਭ ਕੇ 4 ਤੋਂ 5 ਦਿਨ ਵਾਲੇ ਦਿਨ ਇਹਨੂੰ ਸਾਂਭਣ ਦੀ ਲੋੜ ਨਹੀਂ ਹੈਗੀ ਹਾਂ ਹਫਤਾ ਦੱਸਾਈ ਬਈ ਆਪਾਂ ਨੂੰ 5-4 ਦਿਨਾਂ ਦੇ ਵਿੱਚ ਇਹਨੇ ਡਾਲੇ ਤੇ ਹੋ ਜਾਣਾ ਜਮਾ ਇਹਨਾਂ ਤੇ ਬਾਦੀ ਥੋੜੀ ਥੋੜੀ ਜ਼ਰੂਰ ਲੱਗ ਗਈ ਕਰਨਾ ਕਿਉਂਕਿ ਜਿਹੜਾ ਪਸ਼ੂ ਬਾਦੀ ਪਾਉਂਦਾ ਸੱਜਣੋ ਉਹ ਦੁੱਧ ਵੀ ਦੇ ਦਿੰਦਾ ਹੁੰਦਾ ਅਕਸਰ ਹਾਏ ਵੀ ਚੰਗੇ ਬਾਈ ਉੱਤੋਂ ਬਾਕੀ ਗੁਰੀ ਵੀਰੇ ਯਾਰ ਭਾ ਨਹੀਂ ਮਿਲਦੇ ਇਹ ਹੁਣ ਫਾਰਮ ਦੀ ਪਲੀਆਂ ਪਲਾਈਆਂ ਹੋਈਆਂ ਨੇ ਠੀਕ ਆ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ 65000 ਦੀ ਤੇ ਹੁਣ ਮਾਰਦੇ ਘਰ ਹੀ ਇਹਦੇ ਤੇ ਕੈਮਰਾ ਇਹ ਵੀ ਪਲੂਣਾ ਵੀਰੇ ਤਾਜੀ ਦੋ ਦੰਦ ਵਰਗ ਚੌਗੀ ਵੀ ਮੰਨ ਪਰ ਦੁੱਗ ਦੇ ਦੰਦ ਤੋੜ ਗਈ ਚੱਕ ਲੈ ਚੌਕ ਦੇ ਕਈ ਵਾਰ ਆਇਆ ਹੁੰਦਾ ਵਿੱਚ ਵੀਰ ਨਾ ਬਹਿਸਬਾਜੀ ਬਹੁਤ ਕਰਦੇ ਨੇ ਪਰ ਆਪਾਂ ਉਹ ਗੱਲ ਤੋਂ ਚੱਲਦੇ ਹਾਂ ਆਪਾਂ ਪਹਿਲਾਂ ਹੀ ਉਨੀ ਗੱਲ ਦੱਸ ਦਿੰਦੇ ਵੀ ਆਹ ਗੱਲ ਜਿਹੜੀ ਕਲੀਅਰ ਆ ਉਹ ਕਲੀਅਰ ਆ ਪਰ ਇੱਕ ਗੱਲ ਹੋਰ ਆ ਬਈ ਨਾ ਤਾਂ ਗਾਂ ਛੋਟੀ ਮਿਲੇ ਜਿੰਨੀਆਂ ਆਪਾਂ ਵੜਾਂ ਦਿਖਾਈਆਂ ਨੇ ਟਿਪ ਟੌਪ ਦੀਆਂ ਦਿਖਾਈਆਂ ਨੇ ਕਈ ਵਾਰ ਵੀਰ ਅਗਲਾ ਕਹਿੰਦਾ ਰੇਟ ਕਿਵੇਂ ਆ ਵੀ ਫੁੱਲ ਵੱਡੀ ਆ ਟੌਪ ਦੀਆਂ ਵੀਰੇ ਟੌਪ ਦੀਆਂ ਆ ਲੈ ਚੱਲ ਬਾਹਰ ਨੂੰ ਥਣ ਦਾ ਸਾਈਜ਼ ਵੀ ਬਾ ਕਮਾਲ ਹੀ ਰੱਖਦੀ ਆ ਸਿਰਾ ਹੀ ਰੱਖਦੀ ਆ ਜਮੀ ਹਾਂ ਤੇ ਬਾਕੀ ਆਰਡਰ ਇਹ ਬਈ ਰਾਤ ਸੂਈ ਆ ਤੇ ਬਈ 4 ਤੋਂ 5 ਕਿਲੋ ਬੋਲੀ ਕੱਢੀ ਆ ਨਾ ਪਏ ਕਹੀਏ ਬਾਈ ਜੀ ਇਹ ਸਾਰੀ ਚੋਈ ਆ ਜਾਂ ਅੱਧੀ ਚੋਈ ਆ ਕਿਉਂਕਿ ਇਹਦੀ ਰਾਤ ਹੀ ਜੇਰ ਪਈ ਸੀਗੀ ਵੀ ਕਈ ਵਾਰ ਕੋਈ ਜਾਨਵਰ ਟੈਂਪਰੇਚਰ ਵਗੈਰਾ ਤੋੜ ਜਾਂਦਾ ਹੁੰਦਾ ਇਹ ਨਹੀਂ ਤੋੜਦੀ ਇਹ ਤਾਂ ਨਹੀਂ ਦੱਸਣ ਦਾ ਬਾਈ ਫਰਜ਼ ਬਣਦਾ ਹੁਣ ਅਗਲਾ ਮੁੜ ਕੇ ਕਹਿੰਦਾ ਵੀ ਨਹੀਂ ਬਦਲਿਆ ਉਹ ਲੱਗਣਾ ਬਾਈ ਮਾਲਕ ਵਾਲੇ ਹੀ ਆ ਜੇ ਹਨ ਸਾਰਾ ਕੁਝ ਮਾਲਕ ਵਾਲੀਆਂ ਨੇ ਰਸਾ ਇਹਦੇ ਮਾਲਕ ਵਾਲਾ ਹੀ ਆ ਜਿਹੜੇ ਘਰੋਂ ਬਾਈ ਇਹਨੂੰ ਘਰੇਲੂ ਸੱਜਣ ਤੋਂ ਆਈ ਆ ਮੇਰਾ 20 ਕਿਲੋ ਦੁੱਧ ਮੰਨ ਕੇ ਲੈ ਜੇ ਜਿਹੜਾ ਵੀਰ ਮਰਜ਼ੀ ਲੈ ਠੀਕ ਹੈ ਵੀ ਆਪਾਂ ਐਵੇਂ ਅਗਲਾ ਹਵਾ ਚ ਗੰਢ ਢਾ ਦੇ ਐਡਾ ਇੰਨਾ ਲੇਵਾ ਦੇਖ ਲਾ ਕਹਿੰਦਾ 25 ਦੇ ਉੱਪਰ ਦੇਊਗੀ ਵੀਰੇ ਪਲੱਸ ਪਰ 20 ਕਿਲੋ ਦੁੱਧ ਜਿਹੜਾ ਮਰਜ਼ੀ ਮੰਨ ਕੇ ਲੈ ਪਰ ਬੈੜ ਕਮਾਲ ਦੀ ਆ ਸੱਜਣੋ ਆਰਡਰ ਦੀ ਜੜ ਵਾਲੀ ਮਜ਼ਬੂਤ ਰੇਟ ਵੀ ਬਾਈ ਜਮਾ ਬਾਜਵੇ ਦਾ ਬਸ ਜਿਹੜਾ ਆਪਾਂ ਲੈਣਾਗਾ 72000 ਰੁਪਏ ਲੈਣਾਗਾ ਬਸ ਪੂਰਾ ਫਿਕਸ ਜੀ ਫਿਕਸ ਹੀ ਨੇ ਸਾਰੀਆਂ ਦੇ ਰੇਟ ਫਿਕਸ ਨੇ ਆ ਰੇਟ ਸਾਰੀਆਂ ਦੇ ਤਕਰੀਬਨ ਫਿਕਸ ਆ ਗਏ ਬਿਲਕੁਲ ਰੇਟ ਆ ਗਏ ਤਕਰੀਬਨ ਸਾਰੀਆਂ ਦੇ ਫਿਕਸ ਜੇ ਤੇ ਨੰਬਰ ਬੋਲ ਦਿਓ ਜੀ 95-308-0-1956 95-308 ਤੇ 0-1956 ਬਾਈ ਦਾ ਨੰਬਰ ਆ ਤੁਹਾਨੂੰ ਟਰੱਕਾਂ ਜਿਹੜੀਆਂ ਪਹਿਲਣਾ ਦਾ ਬਾਲੇ ਟੌਪ ਦੇ ਬਾਈ ਆ ਤਾਂ ਯਾਰ ਜਿਹੜੇ ਵੀਰਾਂ ਦੇ ਕਿਸੇ ਦੇ ਬਾਕੀ ਆ ਨਾ ਆ ਪਹਿਲਣਾ ਬੱਚਿਆਂ ਦਾ ਗੁਣ ਗਾਊਗਾ ਆ ਜੋੜਾ
ਜਿਹਦੇ ਵੀ ਬਾਕੀ ਅੰਡੇ ਕਰ ਦੂਗਾ ਜਿਹੜੇ ਸੱਜਣ ਨੇ ਲੈ ਲਏ ਅਸਲ ਨੇ ਬਾਈ ਯਾਰ। ਇੱਕ ਹੋਰ ਵੀ ਗੁਰੀ ਜੇ ਕੋਈ ਊਂ ਵੀ ਲੈਗਾ ਨਾ ਤਿਆਰ ਕਰਕੇ 90-95 ਹਜ਼ਾਰ ਦੀਆਂ ਬੱਚੀਆਂ ਤਿਆਰ ਹੋ ਕੇ ਵਿਕਰੀ ਦੀਆਂ ਬੱਚੀਆਂ ਨੇ, ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਇਹਨਾਂ 'ਚ, ਜਿਹੜੀ ਵੀ ਬੱਚੀ ਪਸੰਦ ਆ ਉਹ ਪਸੰਦ ਤਾਂ ਸਾਰੀ ਆਉਣਗੀਆਂ, ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰੇਟ ਵੀ ਬਾਈ ਯਾਰ ਰੇਟ ਲੋਕਾਂ ਆਮ ਕਈ ਵਾਰ ਨਜਾਇਜ਼ ਮੰਗ ਲੈਂਦੇ ਨੇ ਬਾਈ, ਦੇਖ ਸਮੇਂ ਸਮੇਂ ਦੀ ਕਦਰ ਹੁੰਦੀ ਆ ਨਾ। ਹੁਣ ਆਪਾਂ ਨੂੰ ਤਾਂ ਆਪਣਾ ਸ਼ੁਰੂ ਤੋਂ ਇਹ ਆ ਵੀ ਆਪਣੇ ਕੋਲੇ ਭਾਅ ਚ ਆਗੀ ਤਾਂ ਆਪਾਂ ਭਾਅ ਚ ਹੀ ਵੇਚਣੀ ਹੈ ਜੀ। ਹੁਣ ਐਵੇਂ ਹੁਣ ਬੱਚੀ ਸੂਈ ਬੱਚੀ ਆ, ਉਹ ਵੀ ਆਪਾਂ ਨੂੰ ਪਤਾ ਉਹ ਪਹਿਲਾਂ 65 ਵਾਲੀ ਬੱਚੀ ਦਿਖਾਈ ਹੈ, ਇਹ ਤਿਆਰ ਹੋ ਕੇ 75 ਹਜ਼ਾਰ ਦਾ ਮਾਲ ਆ। ਠੀਕ ਹੈ ਗੱਲ, ਹਾਂ ਤੇ ਅੱਜ ਸਿਸਟਮ ਉਹੇ ਹੋਊਗਾ ਜਿਵੇਂ ਤੁਹਾਨੂੰ ਮੈਂ ਦੱਸਿਆ, ਬਸ ਥੋੜੀ ਥੋੜੀ ਹੋਣੀ ਆ ਬਾਈ, ਲੈ ਗਿਆ ਤੇ ਜਿਹੜਾ ਰਹਿ ਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਤੇ ਰੇਟ ਕਿੱਦਾਂ ਦੇ ਲੱਗੇ। ਧੰਨਵਾਦ।